ਪਿਛਲੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੁਝ ਹਿੱਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ ਅਲੱਗ ਵੀਡੀਓਜ਼ ਪਾ ਰਹੇ ਪੰਜਾਬ ਦੇ ਵਿੱਚ ਕਿ ਝੋਨੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦਿੱਤੀ, 9 ਵੀ ਦਿੱਤੀ, 10 ਵੀ ਦਿੱਤੀ, ਕੋਈ ਕਮੀ ਨਹੀਂ ਰਹਿ ਗਈ ਬਿਜਲੀ ਦੀ। ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ 'ਚ ਫੋਨ ਆ ਰਹੇ ਸੀਗੇ, ਖਾਸ ਤੌਰ 'ਤੇ ਮਾਲਵੇ ਦੀ ਧਰਤੀ ਤੋਂ, ਕਿ ਸਾਡੇ ਝੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ, ਤਰੇੜਾਂ ਪੈ ਗਈਆਂ, ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਤਰੇੜਾਂ ਪਈਆਂ ਹੋਈਆਂ ਨੇ, ਔਰ ਬਿਜਲੀ 5-5.5 ਘੰਟੇ ਆ ਰਹੀ ਹੈ ਜੈਨੂਨਲੀ, ਲੇਕਿਨ ਉਹ ਵੀ ਟੁੱਟ ਕੇ ਆ ਰਹੀ ਆ। ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ, ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ, ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਵੇ। ਜੇ ਤੁਸੀਂ ਘੱਟ ਵੀ ਦੇਣੀ ਆ, ਘੰਟਾ 7 ਘੰਟੇ ਵੀ ਦੇਣੀ, ਉਹ ਨਿਰਵਿਘਨ ਦਿੱਤੀ ਜਾਵੇ। ਇੱਕ ਤਾਂ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ, ਬੋਰਡ ਲਵਾਉਣ ਵਿੱਚ ਪੈ ਗਏ, ਅਖਬਾਰਾਂ 'ਚ ਇਸ਼ਤਿਹਾਰ ਦੇ ਉੱਤੇ, ਟੀਵੀਆਂ 'ਚ। ਮੈਂ ਕੱਲ ਪਰਸੋਂ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ, ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲਦੀਆਂ ਸੀ। ਕਿਸਾਨ ਝੋਨਾ ਨਹੀਂ ਬੀਜਣਗੇ, ਉਹਨਾਂ ਨੂੰ 17,500 ਰੁਪਇਆ ਪ੍ਰਤੀ ਹੈਕਟੇਅਰ ਅਸੀਂ ਇੱਕ ਮੁਆਵਜ਼ਾ ਦੇਵਾਂਗੇ, ਭਾਵ ਕਿ 7,000 ਰੁਪਇਆ ਕਿੱਲੇ ਦਾ। ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60-40 ਦੀ, 60% ਕੇਂਦਰ ਸਰਕਾਰ ਨੇ ਅਤੇ 40% ਪੰਜਾਬ ਨੇ ਪਾਉਣਾ ਸੀ, ਤਾਂ ਕਿ ਝੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ। ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ, ਮਤਲਬ ਅੱਧੇ ਪੈਸੇ, ਜਿੰਨਾ ਵੀ ਪੈਸਾ ਨੇਗਾ, ਕੀ 1 ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਝੋਨਾ, ਕੀ ਜਿਹੜਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਬਚਾਇਆ ਜਾ ਸਕਦਾ? ਨਹੀਂ ਬਚਾਇਆ ਜਾ ਸਕਦਾ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਸੁਖਪਾਲ ਸਿੰਘ ਖਹਿਰਾ। ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਪੰਜਾਬ ਸਰਕਾਰ ਨੂੰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਬੇਬਾਕੀ ਦੇ ਨਾਲ ਘੇਰਦੇ ਨੇ, ਅਤੇ ਅੱਜ ਉਹ ਇੱਕ ਝੋਨੇ ਦੇ ਖੇਤ ਦੇ ਵਿੱਚ ਜਾ ਕੇ ਖੜ੍ਹੇ ਹੋ ਗਏ, ਅਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਿੱਥੇ ਕਿਹਾ ਜਾਂਦਾ ਵੀ ਅਸੀਂ 8 ਘੰਟੇ ਖੇਤਾਂ ਨੂੰ ਬਿਜਲੀ ਦੇ ਰਹੇ ਹਾਂ ਅਤੇ ਟਿਊਬਵੈੱਲਾਂ ਨੂੰ ਪਾਣੀ ਦੇ ਚੱਲ ਰਿਹਾ ਅਤੇ ਝੋਨੇ ਨੂੰ ਪ੍ਰੋਪਰ ਪਾਣੀ ਲੱਗ ਰਿਹਾ, ਉਹਨਾਂ ਨੇ ਲੈ ਕੇ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ। ਉਹਨਾਂ ਕਿਹਾ ਕਿ 8 ਘੰਟੇ ਬਿਜਲੀ ਨਹੀਂ ਮਿਲ ਰਹੀ ਖੇਤਾਂ ਨੂੰ, ਜਿਹਦੇ ਚੱਲਦੇ ਕਿਸਾਨ ਪਰੇਸ਼ਾਨ ਨੇ, ਉਹਨਾਂ ਦਾ ਝੋਨਾ ਸੁੱਕਦਾ ਜਾ ਰਿਹਾ। ਦੋਸਤੋ, ਇਸ ਵਕਤ ਮੈਂ ਤੁਹਾਡੇ ਨਾਲ ਇਸ ਲਈ ਲਾਈਵ ਹੋਇਆ ਵਾਂ ਕਿ ਪਿਛਲੇ ਕਾਫੀ ਅਰਸੇ ਤੋਂ ਭਗਵੰਤ ਮਾਨ ਦੀ ਸਰਕਾਰ ਤੇ ਇਹਨਾਂ ਦੇ ਜਿਹੜੇ ਹੁੰਦੇ ਕੁਝ ਹਿੱਤੇ ਲੋਕ ਜਾਂ ਵਰਕਰ ਹੀ ਹੁੰਦੇ ਉਹ ਅਲੱਗ ਅਲੱਗ ਵੀਡੀਓਜ਼ ਪਾ ਰਹੇ ਪੰਜਾਬ ਦੇ ਵਿੱਚ ਕਿ ਝੋਨੇ ਵਾਸਤੇ ਸਾਡੀ ਸਰਕਾਰ ਨੇ 8 ਘੰਟੇ ਬਿਜਲੀ ਦਿੱਤੀ, 9 ਵੀ ਦਿੱਤੀ, 10 ਵੀ ਦਿੱਤੀ, ਕੋਈ ਕਮੀ ਨਹੀਂ ਰਹਿ ਗਈ ਬਿਜਲੀ ਦੀ। ਲੇਕਿਨ ਪਿਛਲੇ 2-3 ਦਿਨ ਤੋਂ ਮੈਨੂੰ ਲਗਾਤਾਰ ਸਾਰੇ ਪੰਜਾਬ 'ਚ ਫੋਨ ਆ ਰਹੇ ਸੀਗੇ, ਖਾਸ ਤੌਰ 'ਤੇ ਮਾਲਵੇ ਦੀ ਧਰਤੀ ਤੋਂ, ਕਿ ਸਾਡੇ ਝੋਨਾ ਜਿਹੜਾ ਵਾ ਲਗਭਗ ਸੁੱਕਣ ਕਿਨਾਰੇ ਆ, ਤਰੇੜਾਂ ਪੈ ਗਈਆਂ, ਜਿਵੇਂ ਕਿ ਇਸ ਖੇਤ ਵਿੱਚ ਤੁਸੀਂ ਦੇਖ ਸਕਦੇ ਹੋ ਥੱਲੇ ਕਿ ਤਰੇੜਾਂ ਪਈਆਂ ਹੋਈਆਂ ਨੇ, ਔਰ ਬਿਜਲੀ 5-5.5 ਘੰਟੇ ਆ ਰਹੀ ਹੈ ਜੈਨੂਨਲੀ, ਲੇਕਿਨ ਉਹ ਵੀ ਟੁੱਟ ਕੇ ਆ ਰਹੀ ਆ। ਇਹ ਹੈ ਅਸਲੀਅਤ ਪੰਜਾਬ ਦੀ। ਇੱਕ ਹੁੰਦਾ ਵਾ ਲੋਕ ਦਿਖਾਵਾ, ਇੱਕ ਹੈ ਪ੍ਰੋਪੇਗੈਂਡਾ, ਕਿਉਂਕਿ ਮੀਡੀਆ ਵੀ ਸਾਰਾ ਨਾਲ ਆ, ਔਰ ਸਾਰੇ ਜਿਹੜਾ ਸਰਕਾਰ ਦਾ ਅਮਲਾ ਨਾਲ ਆ, ਅਤੇ ਵੱਖ ਵੱਖ ਪੰਜਾਬ ਦੇ ਹਿੱਸਿਆਂ 'ਚੋਂ ਲੋਕਾਂ ਨੂੰ, ਕਿਸਾਨਾਂ ਨੂੰ ਖੜ੍ਹੇ ਕਰਕੇ ਉਹਨਾਂ ਨੂੰ ਪ੍ਰੇਰ ਕੇ ਅਤੇ ਵੀਡੀਓਜ਼ ਪਾ ਲਈਆਂ ਕਿ ਧੰਨ ਧੰਨ ਹੋ ਗਈ ਆ। ਇਹ ਤਾਂ ਸ਼ੁਕਰ ਕਰੋ ਕਿ ਪਹਿਲਾਂ ਇੱਕ ਸ਼ੁਰੂਆਤ ਵਿੱਚ ਇੱਕ ਅੱਛੀ ਬਰਸਾਤ ਹੋ ਗਈ ਅਤੇ ਸਾਡਾ ਝੋਨਾ ਜਿਹੜਾ ਸੀ ਲੱਗ ਗਿਆ। ਹੁਣ ਪਿਛਲੇ ਕਾਫੀ ਅਰਸੇ ਤੋਂ ਬਹੁਤ ਬੁਰੀ ਹਾਲਤ ਹੈ, ਔਰ ਮੈਨੂੰ ਉਹਨਾਂ ਨੇ ਪ੍ਰੇਰਿਆ ਕਿ ਤੁਸੀਂ ਇੱਕ ਵਾਰ ਸਾਡੀ ਗੱਲ ਜ਼ਰੂਰ ਉਠਾਓ ਕਿਸਾਨਾਂ ਨੇ, ਔਰ ਕਿ ਤੁਸੀਂ ਇਹ ਗੱਲ ਉਠਾਓ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀਗਾ 8 ਘੰਟੇ ਬਿਜਲੀ ਦੇਣ ਦਾ, ਕਿਰਪਾ ਕਰਕੇ 8 ਘੰਟੇ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਵੇ। ਜੇ ਤੁਸੀਂ ਘੱਟ ਵੀ ਦੇਣੀ ਆ, ਘੰਟਾ 7 ਘੰਟੇ ਵੀ ਦੇਣੀ, ਉਹ ਨਿਰਵਿਘਨ ਦਿੱਤੀ ਜਾਵੇ, ਕਿਉਂਕਿ ਜਦ ਨੂੰ ਪਾਣੀ ਲੱਗਣ ਕਿਨਾਰੇ ਆਉਂਦਾ ਉਦੋਂ ਨੂੰ ਪਿੱਛੋਂ ਕੱਟ ਲੱਗ ਜਾਂਦਾ ਵਾ। ਔਰ ਇਹੀ ਹਾਲਤ ਤਕਰੀਬਨ ਪਿੰਡਾਂ ਦੇ ਵਿੱਚ ਘਰੇਲੂ ਬਿਜਲੀ ਦੇ ਵੀ ਨੇ, ਬਹੁਤ ਲੰਬੇ ਚੌੜੇ ਕੱਟਸ ਲੱਗ ਰਹੇ ਨੇ। ਇੱਕ ਤਾਂ ਮਸਲਾ ਮੈਂ ਇਹ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਹਰ ਗੱਲ ਨੂੰ
ਤੁਸੀਂ ਸਿਰਫ ਦਿਖਾਵੇ ਵਿੱਚ ਪੈ ਗਏ ਹੋ, ਬੋਰਡ ਲਵਾਉਣ ਵਿੱਚ ਪੈ ਗਏ, ਅਖਬਾਰਾਂ 'ਚ ਇਸ਼ਤਿਹਾਰ ਦੇ ਉੱਤੇ, ਟੀਵੀਆਂ 'ਚ। ਮੈਂ ਕੱਲ੍ਹ ਪਰਸੋਂ ਇੱਕ ਫਿਲਮ ਦੇਖਣ ਗਿਆ ਸੀ ਆਪਣੇ ਬੱਚਿਆਂ ਦੇ ਨਾਲ, ਫਿਲਮ ਦੇ ਅੰਦਰ ਵੀ ਪੰਜਾਬ ਸਰਕਾਰ ਭਗਵੰਤ ਮਾਨ ਦੇ ਜਿਹੜੇ ਇੰਟਰਵਲ ਦੇ ਵਿੱਚ ਸੀਗੇ ਉਹ ਐਡਸ ਚੱਲ ਰਹੀਆਂ ਸੀ। ਚਲੋ ਇਹ ਸਰਕਾਰ ਨੂੰ ਬੇਨਤੀ ਆ ਕਿ ਆਹ ਝੋਨਾ ਸੁੱਕਿਆ, ਹੁਣ ਬਿਜਲੀ ਮੌਸਮ ਅੱਛਾ ਹੋਇਆ ਹੋਇਆ, ਸਾਡੀ ਪਰਮਾਤਮਾ ਦੇ ਅੱਗੇ ਅਰਦਾਸ ਆ ਕਿ ਪਰਮਾਤਮਾ ਵਾਹਿਗੁਰੂ ਬਾਰਿਸ਼ ਹੀ ਪਾ ਦੇਵੇ ਤਾਂ ਕਿ ਕਿਸਾਨਾਂ ਦਾ ਜਿਹੜਾ ਝੋਨਾ ਬਚ ਜਾਵੇ, ਨੰਬਰ ਇੱਕ। ਨੰਬਰ ਦੋ, ਅੱਜ ਤੁਸੀਂ ਸਭ ਨੇ ਪੜ੍ਹ ਲਿਆ ਕਿ ਕਿਸਾ ਪੰਜਾਬ ਭਗਵੰਤ ਮਾਨ ਸਰਕਾਰ ਨੇ ਇੱਕ ਐਲਾਨ ਕੀਤਾ ਵਾ ਕਿ ਜਿਹੜੇ ਲੋਕੀ ਕਿਸਾਨ ਝੋਨਾ ਨਹੀਂ ਬੀਜਣਗੇ ਉਹਨਾਂ ਨੂੰ 17,500 ਰੁਪਇਆ ਪ੍ਰਤੀ ਹੈਕਟੇਅਰ ਅਸੀਂ ਇੱਕ ਮੁਆਵਜ਼ਾ ਦੇਵਾਂਗੇ, ਭਾਵ ਕਿ 7,000 ਰੁਪਇਆ ਕਿੱਲੇ ਦਾ। ਔਰ ਇਹ ਕੋਈ ਕੇਂਦਰ ਦੀ ਸਕੀਮ ਆਈ ਸੀ 60-40 ਦੀ, 60% ਕੇਂਦਰ ਸਰਕਾਰ ਨੇ ਅਤੇ 40% ਪੰਜਾਬ ਨੇ ਪਾਉਣਾ ਸੀ ਤਾਂ ਕਿ ਝੋਨੇ ਤੋਂ ਲੋਕਾਂ ਨੂੰ ਹਟਾਇਆ ਜਾ ਸਕੇ, ਪਾਣੀ ਪੰਜਾਬ ਦਾ ਧਰਤੀ ਥੱਲੜਾ ਬਚਾਇਆ ਜਾ ਸਕੇ। ਲੇਕਿਨ ਕਿਉਂਕਿ ਚੋਣਾਂ 'ਚ ਇੰਨੇ ਬਿਜ਼ੀ ਸੀਗੇ ਆਮ ਆਦਮੀ ਪਾਰਟੀ ਵਾਲੇ ਭਗਵੰਤ ਸਿੰਘ ਮਾਨ, ਉਹਨੂੰ ਸ਼ਾਇਦ ਜਲੰਧਰ ਦੀ ਚੋਣ ਵਿੱਚ ਇੰਨਾ ਟਾਈਮ ਉੱਧਰ ਹੋਇਆ ਲੱਗਿਆ ਕਿ ਉਹ ਭੁੱਲ ਗਏ ਕਿ ਜਿਹੜਾ 299 ਕਰੋੜ ਰੁਪਈਆ ਹੈ ਇਹ ਜਦ ਨੂੰ ਅਸੀਂ ਲੋਕਾਂ ਨੂੰ ਕਹਿਣਾ ਉਦੋਂ ਨੂੰ ਝੋਨਾ ਲੋਕਾਂ ਨੇ ਪੰਜਾਬ ਦੇ ਵਿੱਚ ਲਗਭਗ ਮੇਰੇ ਹਿਸਾਬ ਦੇ ਨਾਲ 98% ਲੋਕਾਂ ਨੇ ਝੋਨਾ ਲਾ ਰਿਹਾ, ਉਹ ਸਾਡੀ ਗ੍ਰਾਂਟ ਜਿਹੜੀ ਉਹ ਜ਼ਾਇਆ ਚੱਲ ਜਾਣੀ, ਪੈਸੇ ਕੇਂਦਰ ਦੇ ਵਾਪਸ ਚੱਲ ਜਾਣੇ। ਵੈਸੇ ਉਹ ਪੈਸਾ ਹੈ ਵੀ ਬਹੁਤ ਥੋੜ੍ਹਾ ਸੀਗਾ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਅਗਰ ਝੋਨੇ ਤੋਂ ਕਿਸੇ ਨੂੰ ਹਟਾਉਣਾ ਪਵੇਗਾ ਤਾਂ ਸਾਨੂੰ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲ ਕਰਨੀ ਪਵੇਗੀ, ਕਿਉਂਕਿ ਝੋਨੇ ਦਾ ਜਿਹੜਾ ਪਰਚੇਜ਼ ਆ ਕੇਂਦਰ ਸਰਕਾਰ ਸਾਡੇ ਤੋਂ ਹਰ ਸਾਲ ਕਰਦੀ ਆ ਉਹ 45,000 ਕਰੋੜ ਰੁਪਏ ਦਾ ਝੋਨੇ ਦੀ ਪਰਚੇਜ਼ ਹੋ ਰਹੀ ਪੰਜਾਬ 'ਚੋਂ। ਜਿਹੜੀ CCL ਲਿਮਿਟ ਹੈ ਨਾ ਉਹ 30-35,000 ਕਰੋੜ ਰੁਪਏ ਦੀ ਕਣਕ ਚੱਕਦੇ ਨੇ ਅਤੇ 45,000 ਕਰੋੜ ਰੁਪਏ ਦਾ ਝੋਨਾ ਚੱਕਦੇ। ਲੇਕਿਨ ਅੱਜ ਸਰਕਾਰ ਨੇ ਬੜਾ ਪ੍ਰਚਾਰ ਕੀਤਾ ਜਾ ਰਿਹਾ ਅਸੀਂ 299 ਕਰੋੜ ਰੁਪਇਆ ਰੱਖ ਲਿਆ ਵਾ, ਅਸੀਂ ਝੋਨੇ ਤੋਂ ਪਿੱਛੇ ਹਟਾ ਦੇਣਾ ਲੋਕਾਂ ਨੂੰ। ਇਹ ਤਾਂ 1 ਪੈਸੇ ਤੋਂ ਵੀ ਘੱਟ ਆ, 45,000 ਕਰੋੜ ਰੁਪਏ ਦਾ ਅਗਰ ਆਪਾਂ 299 ਕਰੋੜ ਰੁਪਇਆ ਪਰਸੈਂਟੇਜ ਵਾਈਜ਼ ਦੇਖਣਾ ਹੋਵੇ ਤਾਂ ਅੱਧੇ ਪਰਸੈਂਟ ਮਤਲਬ ਅੱਧੇ ਪੈਸੇ ਜਿੰਨਾ ਵੀ ਪੈਸਾ ਨੇਗਾ ਕੀ 1 ਪੈਸਾ ਜਾਂ ਅੱਧੇ ਪੈਸਾ ਲੋਕਾਂ ਨੂੰ ਦੇ ਕੇ ਝੋਨਾ ਕਿ ਜਿਹੜਾ ਪੰਜਾਬ ਦਾ ਧਰਤੀ ਥੱਲੜਾ ਪਾਣੀ ਬਚਾਇਆ ਜਾ ਸਕਦਾ, ਨਹੀਂ ਬਚਾਇਆ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਦੀ ਬਜਾਏ ਕੇਂਦਰ ਸਰਕਾਰ ਨਾਲ ਜਾ ਕੇ ਜਿਹੜੀ ਝੋਨੇ ਦੀ 45,000 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਆ ਉਸੇ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਸਾਉਣੀ ਦੀਆਂ ਫਸਲਾਂ ਪਵਾਓ ਔਰ ਉਹਨਾਂ ਨੂੰ MSP ਦਿਓ ਕਿ ਕਿਸਾਨਾਂ ਨੇ ਜ਼ਿਮੀਂਦਾਰਾਂ ਨੇ ਉਦੋਂ ਤੱਕ ਝੋਨਾ ਨਹੀਂ ਛੱਡਣਾ ਜਦ ਤੱਕ ਉਹਨਾਂ ਨੂੰ 50-60-65 ਹਜ਼ਾਰ ਰੁਪਏ ਦੀ ਉੱਥੋਂ ਦੀ ਆਮਦਨ ਪ੍ਰਤੀ ਏਕੜ ਜਿਹੜੀ ਝੋਨੇ 'ਚ ਆਉਂਦੀ ਉਹ ਨਾ ਮਿਲੇ। ਇਸ ਕਰਕੇ ਇਹ ਜਿਹੜਾ ਉਹਨਾਂ ਦਾ ਦਾਅਵਾ ਵੀ ਜਿਹੜਾ ਵਾ ਉਹ ਇੱਕ ਤਾਂ ਬਿਲੇਟਿਡ ਵੀ ਆ, ਇੰਨੀ ਦੇਰ ਬਾਅਦ ਕੀਤਾ ਜਦ ਨੂੰ ਝੋਨਾ ਲੱਗ ਗਿਆ, ਹੁਣ ਕਿਹੜੇ ਵੇਲੇ ਲੋਕ ਉਹ 17,500 ਰੁਪਈਆ 1 ਹੈਕਟੇਅਰ ਦਾ ਭਾਵ ਕਿ 7,000 ਰੁਪਈਆ 1 ਕਿੱਲੇ ਦਾ ਜਿਹੜਾ ਦੇਣਾ ਉਹ ਕੌਣ ਲਊਗਾ ਆਣ ਕੇ ਤੁਹਾਡੇ ਕੋਲੋਂ? ਸੋ ਇਹ ਗ੍ਰਾਂਟ ਵੀ ਵੇਸਟ ਹੋ ਗਈ। ਤੀਸਰੀ ਗੱਲ ਕਿ ਜਿਹੜਾ ਨਹਿਰੀ ਪਾਣੀ ਆ, ਇੱਕ ਬੜਾ ਪ੍ਰਚਾਰ ਕੀਤਾ ਜਾ ਰਿਹਾ, ਜਿੱਦਾਂ ਆਹ ਪ੍ਰਚਾਰ ਕੀਤਾ ਸੀਗਾ ਬੜੀ ਬਿਜਲੀ ਆ ਗਈ ਬੜੇ ਵਾਰੇ ਨਿਆਰੇ ਹੋ ਗਏ, ਇੱਕ ਪ੍ਰਚਾਰ ਪੰਜਾਬ 'ਚ ਵੀ ਚਲਾਇਆ ਹੋਇਆ ਕਿ ਅਸੀਂ ਨਹਿਰਾਂ ਦਾ ਇਰੀਗੇਸ਼ਨ ਦਾ ਪਾਣੀ ਜਿਹੜਾ ਹੈ ਉਹ ਹਰ ਖਾਲ ਤੱਕ ਹਰ ਖੇਤ ਤੱਕ ਪਹੁੰਚਾਤਾ, ਨਹਿਰੀ ਪਟਵਾਰੀਆਂ ਦੀਆਂ ਬਾਹਾਂ ਮਰੋੜ ਕੇ ਪ੍ਰੈਸ਼ਰ ਪਾ ਕੇ ਉਹਨਾਂ ਤੇ ਰਿਪੋਰਟ ਲਈ ਜਾ ਰਹੀ ਕਿ ਤੁਸੀਂ ਇਹ ਰਿਪੋਰਟ ਦਿਓ ਕਿ 100% ਇਰੀਗੇਸ਼ਨ ਕੈਨਾਲ ਸਿਸਟਮ ਦੀ ਜਿਹੜਾ ਪੰਜਾਬ ਦੇ ਖੇਤੀ ਤੱਕ ਖੇਤਾਂ ਤੱਕ ਪਹੁੰਚ ਚੁੱਕੀ। ਜੇ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਤੱਕ ਪਹੁੰਚ ਗਿਆ ਤਾਂ ਫਿਰ 14 ਲੱਖ ਟਿਊਬਵੈਲ ਤਾਂ ਬੰਦ ਕਰ ਦੇਣਾ ਚਾਹੀਦਾ ਸੀ ਸਾਨੂੰ, ਲੇਕਿਨ ਟਿਊਬਵੈਲ ਤਾਂ ਨਿਰੰਤਰ ਉਸੇ ਤਰੀਕੇ ਨਾਲ ਚੱਲ ਰਿਹਾ, ਤਾਂਹੀਓ ਤਾਂ ਲੋਕੀ ਬਿਜਲੀ ਦੀ ਤੁਹਾਡੇ ਤੋਂ ਮੰਗ ਕਰ ਰਹੇ ਨੇ। ਔਰ ਇਹ ਵੀ ਮੈਂ ਸਮਝਦਾ ਬੜੀ ਡੇਂਜਰਸ, ਪਤਾ ਨਹੀਂ ਕੌਣ ਕਰ ਰਿਹਾ ਇਹਨਾਂ ਦੀ, ਕੇਂਦਰ ਦੀ ਸਰਕਾਰ ਸੋਰੀ ਇਹਨਾਂ ਦਾ ਕੋਈ ਕੇਂਦਰੀ ਲੀਡਰ ਇਹਦੇ ਪਿੱਛੇ ਆ, ਕਿਉਂਕਿ ਇਹਦੇ ਨਾਲ ਸਾਡਾ SYL ਦਾ ਕੇਸ ਖਰਾਬ ਹੋ ਰਿਹਾ ਵਾ। ਕਿਉਂਕਿ ਜੇ ਅਗਰ ਫਰਜ਼ ਕਰੋ ਕੱਲ੍ਹ ਨੂੰ ਅਸੀਂ ਇੱਕ ਰਿਪੋਰਟ ਤਿਆਰ ਕਰ ਲਈ ਕਿ ਅਸੀਂ ਤਾਂ 100% ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਪਹੁੰਚਾਤਾ, ਤੇ ਉਹ ਕਹਿਣਗੇ ਤੁਹਾਨੂੰ ਹੋਰ ਪਾਣੀ ਦੀ ਕਾਹਦੇ ਲਈ ਲੋੜ ਆ। SYL ਦੇ ਕੇਸ ਵਿੱਚ ਹਰਿਆਣਾ ਸਰਕਾਰ ਜਾ ਕੇ ਦਿੱਲੀ 'ਚ ਸੁਪਰੀਮ ਕੋਰਟ 'ਚ ਕਹੇਗੀ ਕਿ ਪੰਜਾਬ ਦਾ ਤੁਸੀਂ ਰਿਕਾਰਡ ਚੈੱਕ ਕਰ ਲਓ ਜੀ, 100% ਪਾਣੀ ਖੇਤਾਂ ਨੂੰ ਲੱਗ ਰਿਹਾ ਇਹਨਾਂ ਦੇ ਨਹਿਰਾਂ ਦਾ,
ਇਹਨਾਂ ਨੂੰ ਤਾਂ ਪਾਣੀ ਦੀ ਐਕਸਟਰਾ ਲੋੜ ਹੀ ਕੋਈ ਨਹੀਂ, ਇਸ ਕਰਕੇ ਐਸ ਵਾਈ ਐਲ ਜਲਦੀ ਬਣਾ ਕੇ ਹਰਿਆਣੇ ਅਤੇ ਦਿੱਲੀ ਨੂੰ ਜਿਹੜਾ ਇਹਦਾ ਪਾਣੀ ਦਿੱਤਾ ਜਾਵੇ। ਇਹ ਬਹੁਤ ਡੇਂਜਰਸ ਇੱਕ ਪ੍ਰੋਪੀਗੈਂਡਾ ਪੰਜਾਬ ਦੇ ਖਿਲਾਫ ਚੱਲ ਰਿਹਾ ਵਾ। ਭਗਵੰਤ ਮਾਨ ਕਿਉਂ ਚਲਾ ਰਿਹਾ ਵਾ, ਕਿਉਂ ਨਹਿਰੀ ਪਟਵਾਰੀਆਂ ਨੂੰ ਡਿਪਾਰਟਮੈਂਟ ਨੂੰ ਕਿਉਂ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ, ਕਿਉਂ ਉਹਨਾਂ 'ਤੇ ਪਰਚੇ ਕੀਤੇ ਜਾ ਰਹੇ, ਕਿਉਂ ਚਾਰਜਸ਼ੀਟ ਕੀਤਾ ਜਾ ਰਿਹਾ, ਇਸ ਗੱਲ ਦਾ ਖੁਲਾਸਾ, ਇਸ ਗੱਲ ਦਾ ਜਵਾਬ ਤਾਂ ਭਗਵੰਤ ਮਾਨ ਹੀ ਦੇ ਸਕਦਾ। ਔਰ ਕੱਲ੍ਹ ਪਰਸੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਇੱਕ ਪੱਤਰਕਾਰ ਨੇ ਪੁੱਛ ਲਿਆ ਕਿ ਐਸ ਵਾਈ ਐਲ ਬਾਰੇ ਤੁਸੀਂ ਕੀ ਕਹਿਣਾ। ਐਸ ਵਾਈ ਐਲ ਬਾਰੇ ਭਗਵੰਤ ਕਹਿੰਦਾ ਨਹੀਂ ਜੀ, ਇਹ ਮੈਟਰ ਸਬ ਜੂਡਿਸ ਆ, ਸਭ ਤੋਂ ਇੰਪੋਰਟੈਂਟ, ਜਿੱਦਾਂ ਸਾਡੀ ਜੀਵਨ ਰੇਖਾ ਹੈ ਨਾ, ਇੱਦਾਂ ਸਾਡਾ ਪੰਜਾਬ ਸਾਡੀ ਜੀਵਨ ਰੇਖਾ, ਸਾਡਾ ਪਾਣੀ ਮੁੱਕਦਾ ਜਾ ਰਿਹਾ। 14 ਲੱਖ ਟਿਊਬਵੈੱਲ ਨਾਲ ਲਗਾਤਾਰ ਕੱਢ ਕੇ 153 ਬਲਾਕਾਂ ਚੋਂ 119 ਬਲਾਕ ਧਰਤੀ ਹੇਠਲੇ ਜਿਹੜੇ ਗਰਾਊਂਡ ਵਾਟਰ ਦੇ ਨੇ ਉਹ ਡਾਰਕ ਜ਼ੋਨ 'ਚ ਨੇ। ਅਗਰ ਇਸੇ ਤਰ੍ਹਾਂ ਨਾ ਹੋਇਆ ਤਾਂ ਆਪਾਂ ਪਾਣੀ ਮੁਕਾ ਕੇ ਬਹਿ ਜਾਵਾਂਗੇ। ਲੇਕਿਨ ਭਗਵੰਤ ਨੇ ਕਿਹਾ ਜੀ ਇਹ ਸਭ ਜੁਡਿਸ ਆ, ਮਤਲਬ ਆਪਾਂ ਹਰ ਗੱਲ ਦੇ ਉੱਤੇ ਬੋਲ ਸਕਦੇ ਹਾਂ, ਲੇਕਿਨ ਕਿਸੇ ਐਸ ਵਾਈ ਐਲ ਕੇ ਇੰਪੋਰਟੈਂਟ ਮਸਲੇ 'ਤੇ ਇਹਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਅਸੀਂ ਪੰਜਾਬ ਦਾ ਕੋਈ ਵੀ ਇੱਕ ਬੂੰਦ ਪਾਣੀ ਬਾਹਰ ਨਹੀਂ ਜਾਣ ਦੇਵਾਂਗੇ। ਔਰ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਜਾ ਰਹੀ ਨਹਿਰੀ ਪਟਵਾਰੀਆਂ ਤੋਂ, ਇਹਦੇ 'ਤੇ ਪੰਜਾਬ ਸਰਕਾਰ ਜ਼ਰੂਰ ਗੌਰ ਕਰੇ ਔਰ ਦੱਸੇ ਲੋਕਾਂ ਨੂੰ ਕਿ ਇਹ ਤੁਸੀਂ 100% ਦੀ ਰਿਪੋਰਟ ਕਿਉਂ ਤਿਆਰ ਕਰ ਰਹੇ ਹੋ, ਕਿਉਂਕਿ ਮਾਲਵਾ ਸਮੇਤ ਦੁਆਬਾ ਸਾਡਾ ਬਿਸਤਵਾਬ ਕਨਾਲ ਆ, ਮਾਝੇ ਵਿੱਚ UBDC ਦਾ ਕਨਾਲ ਹੈ, ਇਹਨਾਂ ਵਿੱਚ ਜਿਹੜੀ ਨੋਰਮਲ ਕੋਰਸ ਵਿੱਚ 21% ਪਾਣੀ ਖੇਤਾਂ ਨੂੰ ਲੱਗਦਾ ਸੀਗਾ, ਚਲੋ 21 ਨਹੀਂ ਵਧਾ ਕੇ ਥੋੜ੍ਹਾ ਹੋਰ 5-7-10% ਹੋ ਗਿਆ ਹੋਊਗਾ, ਲੇਕਿਨ 100% ਕਹਿਣਾ ਕਿ ਖੇਤਾਂ ਨੂੰ ਪਾਣੀ ਲੱਗ ਰਿਹਾ ਵਾ, ਜਿਹੜਾ ਉਹ ਇੱਕ ਕੋਝਾ ਮਜ਼ਾਕ ਹੈ ਅਤੇ ਉਹਦੇ ਨਾਲ ਆਪਣਾ ਐਸ ਵਾਈ ਐਲ ਦਾ ਕੇਸ ਜਿਹੜਾ ਉਹ ਆਪਾਂ ਕਮਜ਼ੋਰ ਕਰ ਰਹੇ। ਕਮਿੰਗ ਬੈਕ ਟੂ ਦ ਪੁਆਇੰਟ, ਕਿਆ ਤੁਸੀਂ ਤਰੇੜਾ ਦੇਖ ਸਕਦੇ ਹੋ, ਹਾਲਤ ਕੀ ਆ ਸਾਡੇ ਝੋਨੇ ਦੀ, ਇੱਧਰ ਵੀ ਮਾਰ ਕੇ ਦਿਖਾ ਦੇ ਨਾਲ ਦੇ ਖੇਤ 'ਚ ਵੀ, ਇਹ ਬਹੁਤ ਬੁਰੀ ਹਾਲਤ ਹੈ। ਅਗਰ ਬਾਰਿਸ਼ ਅੱਛੇ ਤਰੀਕੇ ਨਾਲ ਚੱਜ ਨਾਲ ਮੌਨਸੂਨ ਨਾ ਪਈ ਤਾਂ ਇਹ ਸਾਰਾ ਜਿਹੜਾ ਝੋਨਾ ਹੈ ਇਹ ਇਹਨਾਂ ਨੂੰ ਸ਼ਾਇਦ ਵਾਹੁਣਾ ਪਵੇਗਾ। ਮੈਨੂੰ ਪੰਨੀ ਵਾਲੇ ਤੋਂ ਲੰਬੀ ਹਲਕੇ 'ਚੋਂ ਬਹੁਤ ਸਾਰੇ ਟੈਲੀਫੋਨ ਆਏ ਔਰ ਹੋਰ ਵੀ ਗੁਰਦਾਸਪੁਰ ਤੋਂ, ਕਾਹਨੂੰਵਾਨ ਤੋਂ ਅਤੇ ਹੋਰ ਇਲਾਕਿਆਂ 'ਚੋਂ ਵੀ ਆਏ, ਤਾਂ ਕਰਕੇ ਮੈਂ ਤੁਹਾਡੀ ਸੇਵਾ ਵਿੱਚ ਇੱਥੇ ਹਾਜ਼ਰ ਹੋ ਕੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਆਪਣਾ ਕੀਤੀ ਹੋਈ ਕਮਿਟਮੈਂਟ ਜਿਹੜੀ 8.5 ਘੰਟੇ ਬਿਜਲੀ ਦੀ ਆ, ਨਿਰਵਿਘਨ ਬਿਜਲੀ ਜਿਹੜੀ ਕਿਸਾਨਾਂ ਨੂੰ ਝੋਨੇ ਦੇ ਵਾਸਤੇ ਦਿੱਤੀ ਜਾਵੇ। ਅੱਜ ਦਾ ਮੇਰਾ ਇਹ ਮਸਲਾ, ਜਿਹੜਾ 3 ਇਸ਼ੂ ਸੀਗੇ, ਇੱਕ ਪਾਣੀ ਦੀ ਕਮੀ ਬਿਜਲੀ ਦੀ, ਇੱਕ ਜਿਹੜਾ ਉਹ ਬਹੁਤ ਬਿਲੇਟਿਡ 7,000 ਰੁਪਏ ਕਿੱਲੇ ਦਾ ਦੇਣ ਦੇ ਕਿ ਝੋਨਾ ਨਾ ਬੀਜੋ, ਝੋਨਾ ਤਾਂ ਲੱਗ ਚੁੱਕਿਆ ਵਾ, ਤੀਸਰਾ ਕਿ ਨਹਿਰੀ ਪਟਵਾਰੀਆਂ ਤੋਂ ਜ਼ਬਰਦਸਤੀ 100% ਖਾਲਾਂ ਤੱਕ ਅਤੇ ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਗਿਆ, ਉਹ ਕਿਉਂ ਲਿਖਤੀ ਜਾ ਰਹੀ ਆ, ਇਸ ਗੱਲ ਦਾ ਜਿਹੜਾ ਜਵਾਬ ਆ ਪੰਜਾਬ ਸਰਕਾਰ, ਇਹਨਾਂ ਦੇ ਅਫਸਰਾਂ ਨੂੰ ਜਾਂ ਪੋਲੀਟੀਕਲ ਬੰਦਿਆਂ ਨੂੰ ਜਾਂ ਖੇਤੀਬਾੜੀ ਮਿਨਿਸਟਰ ਐਗਰੀਕਲਚਰ ਜਿਹੜੇ, ਉਹਨਾਂ ਨੂੰ ਇਹ ਗੱਲ ਦਾ ਜਵਾਬ ਜਿਹੜਾ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹੀਦਾ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਸੁਖਪਾਲ ਸਿੰਘ ਖਹਿਰਾ ਦਾ ਬਿਆਨ ਤੁਸੀਂ ਸੁਣਿਆ, ਸੁਖਪਾਲ ਸਿੰਘ ਖਹਿਰਾ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ, ਪਟਵਾਰੀ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ, ਐਸ ਵਾਈ ਐਲ ਨੂੰ ਲੈ ਕੇ ਸਵਾਲ ਖੜੇ ਕੀਤੇ ਗਏ ਨੇ। ਹੁਣ ਵੇਖਣਾ ਹੋਵੇਗਾ ਪੰਜਾਬ ਸਰਕਾਰ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਕਿਸ ਤਰ੍ਹਾਂ ਦਾ ਬਿਆਨ ਸਾਹਮਣੇ ਆਉਂਦਾ ਜਾਂ ਪੰਜਾਬ ਸਰਕਾਰ ਕੀ ਕਰਦੀ ਹੈ ਇਸ ਮੁੱਦੇ ਨੂੰ ਲੈ ਕੇ, ਇਹ ਤਾਂ ਵਾਲਾ ਸਮਾਂ ਦੱਸੇਗਾ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ ਕਿਹਦੇ ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।